ਗੱਲਾਂ ਕਰਦੇ ਹਾਂ ਨਾ, ਇਹ ਸੁਣਿਆ ਹੁਣ ਤਾਈਂ ਆਪਾਂ, ਤਾਂ ਇਹਨਾਂ ਨੂੰ ਧਿਆਨ ਨਾਲ ਦੇਖੋ ਦੋਨੇ ਪਾਸਿਓਂ, ਇਹਨਾਂ ਦੇ ਉੱਤੇ ਅਕਿਰਤੀ ਬਣਦੀ ਹੈ ਜਿਹੜੀ ਸਾਡੀਆਂ ਨਾੜਾਂ ਨਾਲ ਮੈਚ ਕਰਦੀ ਆ। ਸਾਡਾ ਬਾਬਾ 600 ਸਾਲ ਪਹਿਲਾਂ ਕਹਿ ਗਿਆ, ਜੋ ਬ੍ਰਹਿਮੰਡੇ ਸੋਈ ਪਿੰਡੇ, ਸਾਡਾ ਪਿੰਡਾ ਸਾਡਾ ਸਰੀਰ ਆ ਜਿਹੜਾ ਬ੍ਰਹਿਮੰਡ ਨੂੰ ਰਿਫਲੈਕਟ ਕਰਦਾ। ਅੱਖਾਂ ਗਈਆਂ ਜਹਾਨ ਗਿਆ, ਅੱਖਾਂ ਦੇ ਵਿੱਚ ਬ੍ਰਹਿਮੰਡ ਸਾਰਾ ਪਿਆ, ਸਾਰੀ ਸ੍ਰਿਸ਼ਟੀ ਪਈ ਹੈ। ਧਿਆਨ ਨਾਲ ਜ਼ੂਮ ਕਰਕੇ ਫੋਟੋ ਕਰਕੇ ਦੇਖਿਓ ਅੱਖਾਂ ਦੀ, ਬਲੈਕ ਹੋਲ ਜਿਹੜਾ ਇੱਕ ਬ੍ਰਹਿਮੰਡ ਦੇ ਵਿੱਚ ਵੀ ਹੈ, ਸਾਡੀ ਅੱਖ ਦੇ ਵਿੱਚ ਵੀ ਹੈ, ਸ਼ੇਪ ਵੀ ਜਿਹੜੀ ਆ ਬਿਲਕੁਲ ਉਹਦੇ ਆਸ ਪਾਸ ਆ। ਪਲਕਾਂ ਅੱਖਾਂ ਦੀਆਂ ਬਾਹਰਲਾ ਪਾਰਟ, ਬਰਸਾਤਾਂ ਦਾ ਮੌਸਮ ਚੱਲੀ ਜਾਂਦਾ, ਬਿਜਲੀ ਕੜਕਦੀ ਹੈ, ਇਹਦੇ ਉੱਤੇ ਜਿਹੜੀਆਂ ਨਾੜਾਂ ਉਹ ਸਿਮੀਲਰ ਦਿਖਦੀਆਂ। ਬ੍ਰਹਿਮੰਡ ਦੀ ਸ਼ੇਪ ਜਿਹੜੀ ਹੈ, ਉਹਦੇ ਵਿੱਚ ਗਲੈਕਸੀਜ਼ ਨੇ, ਸਾਰਾ ਭੰਡਾਰ ਹੈ ਉਹ ਸਾਡੇ ਬ੍ਰੇਨ ਦੇ ਸੈੱਲਾਂ ਦੇ ਨਾਲ ਮਿਲਦਾ ਜੁਲਦਾ। ਫਿਰ ਇਹਨਾਂ ਦਰਖਤਾਂ ਤੋਂ ਹੀ ਅਸੀਂ ਸਾਹ ਲੈਂਦੇ ਹਾਂ। ਸਾਹ ਕਿਹੜਾ ਅੰਗ ਲੈਂਦਾ? ਫੇਫੜੇ। ਫੇਫੜਿਆਂ ਦੇ ਵਿੱਚ ਨਾੜਾਂ ਦਾ ਜਾਲ ਬਣਿਆ ਵਾ, ਉਹ ਵੀ ਇੱਕ ਦਰਖਤ ਦੇ ਨਾਲ ਮੈਚ ਕਰਦਾ। ਅੱਜ ਕੱਲ੍ਹ ਮੈਡੀਟੇਸ਼ਨ ਦਾ ਟ੍ਰੈਂਡ ਆ, ਦਰਖਤਾਂ ਨੂੰ ਜੱਫੇ ਪਾ ਕੇ ਅਸੀਂ ਜਾ ਕੇ ਆਨੰਦ ਮਹਿਸੂਸ ਕਰਦੇ ਹਾਂ। ਉਸੇ ਦਰਖਤ ਨੂੰ ਜਦੋਂ ਕੱਟ ਕੇ ਵਿਚਾਲਿਓਂ ਦੇਖਿਆ ਜਾਂਦਾ, ਫਿੰਗਰ ਪ੍ਰਿੰਟ ਨਾਲ ਮੈਚ ਕਰਦਾ। ਤਾਂ ਇਹੀ ਕੁਦਰਤ, ਇਹੀ ਸਰੀਰ ਇੱਕ ਗੱਲ ਹੈ, ਜਿੰਨਾ ਛੇਤੀ ਸਮਝੋਗੇ, ਜਿੰਨਾ ਛੇਤੀ ਕੁਦਰਤ ਦੇ ਨਾਲ ਪਿਆਰ ਕਰਨਾ ਸਿੱਖੋਗੇ, ਕੁਦਰਤ ਦੇ ਨੇੜੇ ਰਹੋਗੇ, ਓਨੇ ਖੁਸ਼ ਅਤੇ ਤੰਦਰੁਸਤ ਰਹੋਗੇ।